ਫੁਲਕਾ ਜੀ 34 ਸਾਲ ਬਾਅਦ ਇਨਸਾਫ ਮਿਲਿਆ, ਕੀ ਕਹਾਂ, ਦੇਰ ਹੈ, ਦਰੁਸਤ ਹੈ ਜਾਂ ਅਜੇ ਹੋਰ ਦਰੁਸਤ ਹੋ ਜਾਣਾ ਚਾਹੀਦਾ ਸੀਗਾ? ਬਹੁਤ ਬਹੁਤ ਗੁਰੂ ਦਾ ਧੰਨਵਾਦ, ਅੱਜ ਇੱਥੇ ਧੰਨਵਾਦ ਦੀ ਅਰਦਾਸ ਕਰਨ ਆਏ ਹਾਂ। ਗੱਲ ਇਹ ਨਹੀਂ ਕਿ ਕਿੰਨੀ ਦੇਰ ਬਾਅਦ, ਗੱਲ ਇਹ ਆ ਕਿ ਅਸਲੀ ਜੋ ਜਿੱਤ ਹੋਈ ਆ, ਜਿੰਨੀ ਲੰਬੀ ਲੜਾਈ ਉਹਦਾ ਮਤਲਬ ਉੰਨੀ ਮੁਸ਼ਕਲ ਲੜਾਈ, ਅਤੇ ਉਦੋਂ ਮਗਰੋਂ ਜਦੋਂ ਅਖੀਰ ਦੇ ਉੱਤੇ ਆ ਕੇ ਜਿੱਤ ਹੋਈ ਆ, ਅਤੇ ਗੁਰੂ ਦਾ ਸ਼ੁਕਰਾਨਾ, ਗੁਰੂ ਦਾ ਬਹੁਤ ਬਹੁਤ ਧੰਨਵਾਦ। ਅਤੇ ਜਿਹੜੀ ਜਿੱਤ ਆ, ਇਹ ਆਪਣੀ ਕੌਮ ਵਾਸਤੇ ਤਾਂ ਸਿੱਖ ਕੌਮ ਵਾਸਤੇ ਤਾਂ ਬਹੁਤ ਵੱਡੀ ਆ, ਕਿਉਂਕਿ ਇਹ ਤੀਜਾ ਘੱਲੂਘਾਰਾ ਸੀ। ਕੱਲ੍ਹ ਨੂੰ ਇਤਿਹਾਸ ਵਿੱਚ ਇਹ ਨਾ ਜਾਂਦਾ ਕਿ ਇਹ ਪੀੜ੍ਹੀ ਦੇ ਵਿੱਚ ਘੱਲੂਘਾਰਾ ਹੋਇਆ ਸੀ ਅਤੇ ਉਹ ਪੀੜ੍ਹੀ ਲੜਾਈ ਵੀ ਨਹੀਂ ਲੜ ਸਕੀ, ਤਾਂ ਇਸ ਕਰਕੇ ਇਤਿਹਾਸ ਵਿੱਚ ਹੁਣ ਜਾਊਗਾ ਕਿ ਚਾਹੇ ਲੰਬੀਆਂ ਲੜਾਈਆਂ ਲੜੀਆਂ ਪਰ ਇਸ ਪੀੜ੍ਹੀ ਨੇ ਵੀ ਉਹਨਾਂ ਜ਼ਾਲਮਾਂ ਨੂੰ ਸਜ਼ਾ ਦਵਾਈ। ਜਿਹੜੇ ਹੁਣ ਬਾਕੀ ਰਹਿੰਦੇ ਆ ਉਹਨਾਂ ਨੂੰ ਵੀ ਕਰਾਂਗੇ, ਪਰ ਇਹ ਸਭ ਤੋਂ ਵੱਡਾ ਇਹ ਸੀ, ਇਹਦੇ ਕੋਲੇ ਖੜ ਖੜ ਕੇ ਜਗ੍ਹਾ ਜਗ੍ਹਾ 'ਤੇ ਜਾ ਕੇ ਕੋਲੇ ਖੜ ਖੜ ਕੇ ਸਿੱਖਾਂ ਨੂੰ ਮਰਵਾਇਆ। ਸਭ ਤੋਂ ਵੱਡਾ ਜੋ ਰੋਲ ਸੀ ਇਹਦਾ ਸੀ, ਇਹਨੂੰ ਜਿਹੜੀ ਅੱਜ ਸਜ਼ਾ ਹੋਈ ਆ ਉਮਰ ਕੈਦ ਦੀ, ਮੌਤ ਤੱਕ, ਬਲਕਿ ਅਖੀਰ ਤੱਕ ਮੌਤ ਤੱਕ ਹੁਣ ਜੇਲ੍ਹ 'ਚ ਵਿੱਚ ਬੈਠ ਕੇ ਸੜੇਗਾ, ਅਤੇ ਇਹ ਬਹੁਤ ਹੀ, ਇਹ ਤਾਂ ਮੌਤ ਨਾਲੋਂ ਵੀ ਬਦਤਰ ਸਜ਼ਾ ਹੈ। 34 ਸਾਲ ਲੱਗੇ ਆਪ ਜੀ ਨੂੰ ਇਹ ਲੜਾਈ ਲੜਦੇ ਹੋਏ, 34 ਸਾਲ ਬਾਅਦ ਅੱਜ ਇਨਸਾਫ ਮਿਲਿਆ, ਕਿੰਨਾ ਕੁ ਔਖਾ ਲੱਗਿਆ ਆਪ ਜੀ ਨੂੰ? ਕੋਈ ਗੱਲ ਨਹੀਂ, ਜੋ ਲੜਾਈ ਲੜਨੀ ਆ ਅਤੇ ਉਦੋਂ ਔਖਾ ਕਿਹੜਾ, ਜੇ ਫੌਜੀ ਨੇ ਬਾਰਡਰ ਦੇ ਉੱਤੇ ਲੜਨ ਜਾਣਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਭਾਈ, ਲੜਾਈ ਲੰਬੀ ਵੀ ਚੱਲ ਸਕਦੀ ਹੈ, ਲੜਾਈ ਹੋ ਵੀ ਸਕਦੀ ਹੈ, ਗੋਲੀਆਂ ਵੀ ਚੱਲਣਗੀਆਂ, ਸਭ ਕੁਛ ਹੋਊਗਾ, ਤੋਪਾਂ ਵੀ ਚੱਲਣਗੀਆਂ, ਅਤੇ ਕੋਈ ਔਖਾ ਨਹੀਂ, ਲੜਾਈ ਲੜਨੀ ਸੀ ਤਾਂ ਲੜਨੀ ਸੀ। ਬਹੁਤ ਸਾਰੇ ਲੋਕ ਹੋਣਗੇ ਜਿਹੜੇ ਉਦੋਂ ਆਪ ਜੀ ਨਾਲ ਖੜ੍ਹੇ ਹੋਣਗੇ, ਲੇਕਿਨ ਅੱਜ ਸ਼ਾਇਦ ਉਹ ਤੁਹਾਡੇ ਨਾਲ ਨਹੀਂ ਹੈ, ਬਹੁਤ ਸਾਰੇ ਅੱਗੇ ਅੱਜ ਜੁੜੇ ਨੇ, ਜਿਹੜੇ ਲੋਕ ਅੱਜ ਤੁਹਾਡੇ ਨਾਲ ਨਹੀਂ ਹੈ, ਤੁਸੀਂ ਉਹਨਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਦੇਖੋ, ਉਹ ਜਿਹੜੇ ਕਿ ਇੱਕ ਗੱਲ ਹੁੰਦੀ ਆ ਕਿ ਆਪੋ ਆਪਣੇ ਕੰਮਾਂ ਦੇ ਵਿੱਚ ਸਾਰੇ ਜਾ ਲੱਗੇ, ਮੈਂ ਵਕੀਲ ਸੀ ਤਾਂ ਕਰਕੇ ਮੈਂ ਕਰਦਾ ਰਿਹਾ, ਜਿਹੜੇ ਜਿਹੜੇ ਪੁਰਾਣੇ ਬੰਦੇ ਨਾਲ ਸੀ ਉਸ ਟਾਈਮ ਦੇ ਉੱਤੇ ਉਹਨਾਂ ਦਾ ਸਾਥ ਰਿਹਾ, ਜਦੋਂ ਜਦੋਂ ਲੋੜ ਪਈ ਸਾਰੇ ਨਾਲ ਆਉਂਦੇ ਰਹੇ ਸਾਰੇ। ਹੁਣ ਸੋਲੀ ਸਰਾਫ ਜੀ ਇੰਡੀਆ ਦਾ ਟੌਪ ਦਾ ਵਕੀਲ ਆ, ਦੋ ਵਾਰੀ ਅਟੋਰਨੀ ਜਨਰਲ ਰਹਿ ਚੁੱਕਿਆ, ਉਹਨੇ 1983 ਤੋਂ ਬਾਅਦ ਸ਼ੁਰੂ ਦੇ ਵਿੱਚ ਉਹਨਾਂ ਨੇ ਇੱਕ ਗਰੁੱਪ ਬਣਾਇਆ ਸੀ, ਜਿੰਨੇ ਵੀ ਹਿਊਮਨ ਰਾਈਟ ਗਰੁੱਪ ਨੇ ਸਾਰੇ ਮਨੁੱਖੀ ਅਧਿਕਾਰਾਂ ਦੇ, ਇਕੱਠੇ ਕਰਕੇ ਗਰੁੱਪ ਬਣਾਇਆ। ਹੁਣ ਚਾਹੇ ਉਦੋਂ ਬਾਅਦ ਉਹ ਲਗਾਤਾਰ ਸਾਡੇ ਨਾਲ ਨਹੀਂ, ਪਰ ਸਾਥ ਅਜੇ ਤੱਕ, ਅੱਜ ਸਵੇਰੇ ਉਹਨਾਂ ਦਾ ਫੋਨ ਆਇਆ ਮੈਨੂੰ ਮੁਬਾਰਕ ਦੇਣ ਦਾ, ਅਤੇ ਜਿਹੜੇ ਜਿਹੜੇ ਨਾਲ ਸੀਗੇ ਅਜੇ ਤੱਕ ਉਹ ਨਾਲ ਨੇ, ਜਦੋਂ ਲੋੜ ਹੋਵੇ ਉਹ ਆ ਜਾਂਦੇ ਆ, ਪਰ ਫਿਰ ਅਗਲੇ ਆਪਣੇ ਆਪਣੇ ਕੰਮਾਂ 'ਚ ਵਿੱਚ ਬਿਜ਼ੀ ਆ। ਇਸ ਤੋਂ ਬਾਅਦ ਜਿਹੜੇ ਬਾਕੀ ਦੋਸ਼ੀ ਰਹਿ ਗਏ ਨੇ ਉਹਨਾਂ ਦੇ ਕੀ ਰਣਨੀਤੀ ਹੈ ਉਹਨਾਂ ਦੇ ਲਈ? ਉਹਨਾਂ ਦਾ ਵੀ ਕਰਾਂਗੇ, ਹੁਣ ਜ਼ੋਰਾਂ ਸ਼ੋਰਾਂ 'ਤੇ ਕਰਾਂਗੇ। ਹੁਣ ਇਹ ਜਿਹੜੇ ਦੋ ਜੱਜਮੈਂਟ ਆਈਆਂ, ਇਹਨਾਂ ਜੱਜਮੈਂਟਾਂ ਨੇ ਸਾਡਾ ਕੇਸ ਹੋਰ ਸਟਰੋਂਗ ਕਰ ਦਿੱਤਾ, ਅਤੇ ਹੁਣ ਉਹਨਾਂ ਦਾ ਵੀ ਜ਼ੋਰਾਂ ਸ਼ੋਰਾਂ 'ਤੇ ਚਲਾਵਾਂਗੇ। ਜਿਵੇਂ ਕਿ ਜਥੇਬੰਦੀਆਂ ਦੇ ਵੀ ਆ ਵੀ ਦੱਸ ਰਹੇ ਸਪੋਰਟ ਮਿਲੇ ਨੇ, ਹਾਂਜੀ, ਇਹ ਜਥੇਬੰਦੀਆਂ ਸਪੋਰਟ ਨਾਲ ਕੀ ਕੁਛ ਬੈਨੀਫਿਟ ਰਿਹਾ? ਇਹ ਸਭ ਦੀ ਸਾਂਝੀ ਲੜਾਈ ਸੀ, ਲੜਕੇ ਸੀ। ਹੁਣ ਦੇਖੋ, ਇਹ ਜਦੋਂ ਹੁੰਦਾ ਨਾ ਕਿਹਨੇ ਕੀ ਕੀਤਾ ਕਿਹਨੇ ਨਹੀਂ ਕੀਤਾ, ਇਹ ਜਦੋਂ ਤੁਸੀਂ ਹਾਰ ਜਾਓ ਉਦੋਂ ਬਾਅਦ ਬੈਠ ਕੇ ਇਹ ਜਿਹੀਆਂ ਚੀਜ਼ਾਂ ਹੁੰਦੀਆਂ, ਜੋ ਜਿੱਤ ਗਏ ਤਾਂ ਉਹ ਤਾਂ ਸਭ ਦੀ ਜਿੱਤ ਹੈ, ਬਹੁਤ ਵੱਡੀ ਗੱਲ ਹੈ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਇਸ ਬਲਕਿ ਸਾਰੇ, ਮੈਂ ਤਾਂ ਕਹੂੰਗਾ ਇਹ ਸਾਰੇ ਦੇਸ਼ ਦੀ ਜੋ ਕਾਨੂੰਨ ਪਸੰਦ ਲੋਕ ਆ ਉਹਨਾਂ ਜਿੱਤਾ। ਹੁਣ ਅੱਜ ਜੋ ਮੈਂ ਏਅਰਪੋਰਟ ਤੋਂ ਆ ਰਿਹਾ ਸੀ, ਉੱਥੇ ਉਹ ਸਿਕਿਉਰਿਟੀ ਵਾਲੇ, ਉਹ ਇਮੀਗ੍ਰੇਸ਼ਨ ਵਾਲੇ, ਉਹ ਤੁਸੀਂ ਫੁਲਕਾ ਸਾਹਿਬ ਜੀ, ਬਹੁਤ ਬੜਾ ਕੰਮ ਹੈ, ਬਹੁਤ ਅੱਛਾ ਕੀਆ, ਬਹੁਤ ਮੁਬਾਰਕ ਆਪਕੋ, ਬਲਕਿ ਦੇਖੋ ਸਾਰਾ ਦੇਸ਼ ਖੁਸ਼ ਆ, ਅਤੇ ਤਾਂ ਸਭ ਦੀ ਜਿੱਤ ਹੈ, ਸਭ ਦੀ ਸਾਂਝੀ ਜਿੱਤ ਹੈ। ਇੱਕ ਨਾ ਸੋਸ਼ਲ ਮੀਡੀਆ 'ਤੇ ਖਬਰ ਚੱਲ ਰਹੀ ਹੈ, ਹਾਲਾਂਕਿ ਇਹ ਫੇਕ ਹੀ ਹੈ, ਲੇਕਿਨ ਇਹ ਲੋਕ ਬਹੁਤ ਜ਼ਿਆਦਾ ਸ਼ੇਅਰ ਕਰ ਰਹੇ ਨੇ, ਦੱਸ ਰਹੇ ਨੇ ਕਿ ਇਹ ਸਜ਼ਾ ਸਿਰਫ 2 ਸਾਲ ਲਈ ਹੈ, ਕਿਉਂਕਿ ਇੰਡੀਅਨ ਕਾਨੂੰਨ ਦੇ ਮੁਤਾਬਿਕ 75 ਸਾਲ ਦਾ ਹੋਣ ਤੋਂ ਬਾਅਦ ਉਮਰ ਕੈਦ ਨਹੀਂ ਹੁੰਦੀ, ਇਸ ਗੱਲ ਦੀ ਕਿੰਨੀ ਕੁ ਸੱਚਾਈ ਹੈ? ਬਿਲਕੁਲ ਕੋਈ ਗੱਲ, ਕੋਈ ਸੱਚਾਈ ਨਹੀਂ ਹੈ, ਬਿਲਕੁਲ ਗਲਤ ਹੈ, ਝੂਠਾ। ਜਿਹੜਾ ਹੁਣ ਇੱਕ ਹੋਰ ਮੁਲਜ਼ਮ ਉਮਰ ਕੈਦ ਦੀ ਸਜ਼ਾ ਕੱਟ ਰਿਹਾ, ਇਹਦੇ ਨਾਲ ਹੀ ਮੁਲਜ਼ਮ ਆ, ਉਹਨੂੰ ਵੀ ਪਹਿਲਾਂ 2013 'ਚ ਉਹਨੂੰ ਸਜ਼ਾ ਉਮਰ ਕੈਦ ਦੀ ਹੋਈ ਸੀ, ਅਜੇ ਤੱਕ ਜੇਲ੍ਹ ਆ 92 ਸਾਲ ਦਾ, ਬਲਕਿ 5 ਸਾਲ ਪਹਿਲਾਂ ਉਹ 88 ਸਾਲ ਦਾ ਸੀ ਜਦੋਂ ਉਹਨੂੰ ਸਜ਼ਾ ਹੋਈ ਸੀ। ਹੁਣ ਤੁਸੀਂ ਇਹ ਲਗਾ ਲਓ, ਅਜੇ ਤੱਕ ਉਹਦੀ ਜ਼ਮਾਨਤ ਵੀ ਨਹੀਂ ਅਸੀਂ ਹੁਣ ਦਿੱਤੀ, ਉਹਨੂੰ ਹੁਣ ਫਿਰ ਕੱਲ੍ਹ ਉਹਦੀ ਵੀ ਅਪੀਲ ਡਿਸਮਿਸ ਕਰਕੇ ਹਾਈ ਕੋਰਟ ਨੇ ਫਿਰ ਕਹੀ ਆ ਇਹ ਵੀ ਮੌਤ ਤੱਕ ਜੇਲ੍ਹ 'ਚ ਰਹੂਗਾ। ਵੀਰ ਜੀ, 34 ਸਾਲ ਬਾਅਦ ਅੱਜ ਜਿੱਤ ਹੋਈ ਹੈ, ਕੀ ਕਹਿਣਾ ਚਾਹੁੰਦੇ ਆਪ? ਇਹਦੇ ਲਈ ਮੈਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟ ਸ਼ੁਕਰ ਕਰਦਾ, ਸਮੂਹ ਸੰਗਤ ਸਿੱਖ ਕੌਮ ਜਿਹੜੇ ਲਗਾਤਾਰ ਅਰਦਾਸਾਂ ਕਰ ਰਹੇ ਸੀ, ਔਰ ਸਾਰੇ ਗਵਾਹ, ਬੀਬੀ ਨਿਰਪ੍ਰੀਤ ਕੌਰ, ਬੀਬੀ ਜਗਦੀਸ਼ ਕੌਰ, ਸਾਰਿਆਂ ਨੇ ਜਿਨ੍ਹਾਂ ਨੇ ਹੋਰ ਵੀ ਬਹੁਤ ਵੱਡੇ ਵੱਡੇ ਲਾਲਚਾਂ ਨੂੰ ਠੁਕਰਾ ਕੇ ਕੰਮ ਕੀਤਾ, ਔਰ ਸਤਿਗੁਰੂ ਨੇ ਬਹੁਤ ਵੱਡੀ ਸੇਵਾ ਸਰਦਾਰ HS ਫੂਲਕਾ ਸਾਹਿਬ ਤੋਂ ਲਈ ਹੈ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਜਿਹੜੇ ਇਹਨਾਂ ਨੂੰ ਔਫਰ ਆਏ ਉਹ ਵੀ ਸਾਰਿਆਂ ਨੂੰ ਠੁਕਰਾਇਆ, ਔਰ ਉਹ ਤੋਂ ਇਲਾਵਾ ਵੱਡੀਆਂ ਵੱਡੀਆਂ ਧਮਕੀਆਂ, ਕਿਉਂਕਿ ਐਸੇ ਖੂੰਖਾਰ ਅਤੇ ਤਾਕਤਵਰ ਲੋਕਾਂ ਦੇ ਖਿਲਾਫ਼ ਲੜਨਾ ਕਿਸੇ ਜਣੇ ਖਣੇ ਦਾ ਕੰਮ ਨਹੀਂ ਹੁੰਦਾ, ਔਰ ਮੈਂ ਸਮਝਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਖਸ਼ਿਸ਼ ਤੋਂ ਬਿਨਾਂ ਐਡੀ ਵੱਡੀ ਲੜਾਈ ਜਿਹੜੀ ਉਹ ਲੜੀ ਨਹੀਂ ਜਾ ਸਕਦੀ, ਔਰ ਫੂਲਕਾ ਸਾਹਿਬ ਨੇ ਜਿਹੜਾ ਬਹੁਤ ਵੱਡਾ ਇੱਕ ਸਾਡਾ ਮਾਣ ਮੱਤਾ ਇਤਿਹਾਸ ਹੈ ਕਿ ਸਿੱਖ ਕੌਮ ਦੇ ਲਈ, ਸਰਬੱਤ ਦੇ ਭਲੇ ਲਈ ਆਪਣੇ ਅਹੁਦਿਆਂ ਨੂੰ ਤਿਆਗਦੇ ਰਹੇ ਨੇ,
ਔਰ ਵਿਰੋਧੀ ਧਿਰ ਦਾ ਨੇਤਾ ਬਣਨ ਦੇ ਲਈ ਲੋਕ ਬਹੁਤ ਕੁਛ ਕਰਦੇ ਹੈ, ਪਰ ਇੱਕ ਏਡੇ ਵੱਡੇ ਅਹੁਦੇ ਨੂੰ ਠੁਕਰਾ ਦਿੱਤਾ ਸਰਦਾਰ ਫੂਲਕਾ ਜੀ ਨੇ, ਤਾਂ ਜੋ 1984 ਦੇ ਕੇਸਾਂ ਦੀ ਪੈਰਵਾਈ ਜਿਹੜੀ ਹੈ ਉਹ ਸੁਚੱਜੇ ਢੰਗ ਨਾਲ ਹੋ ਸਕੇ। ਸੋ ਮੈਂ ਸਮੁੱਚੇ ਤੌਰ 'ਤੇ ਸਾਰੀ ਸਿੱਖ ਕੌਮ ਜਿਹੜੀ ਹੈ, ਸਮੂਹ ਇਨਸਾਫ ਪਸੰਦ ਲੋਕ ਜਿਹੜੇ ਨੇ ਉਹ HS ਫੂਲਕਾ ਦੇ ਉੱਪਰ ਮਾਣ ਕਰਦੇ ਨੇ, ਔਰ ਅਸੀਂ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਤਿਗੁਰੂ ਜੀ ਇਹਨਾਂ ਨੂੰ ਬਲ ਬਖਸ਼ਣ। ਜਿਹੜੇ ਬਹੁਤ ਵੱਡੇ ਪੱਧਰ 'ਤੇ ਅਜੇ ਬਚੇ ਹੋਏ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਵੀ ਇਸੇ ਤਰ੍ਹਾਂ ਡਟ ਕੇ ਜਿਹੜੀ ਲੜਾਈ ਹੈ ਲੜਦੇ ਰਹਿਣ, ਸਤਿਗੁਰੂ ਇਹਨਾਂ ਨੂੰ ਬਲ ਬਖਸ਼ਣ, ਅਤੇ ਅਸੀਂ ਸਾਰੇ ਸਾਰੀ ਕੌਮ ਇੱਕਮੁੱਠ ਹੋ ਕੇ ਜਿਹੜਾ ਵਿਚਾਰਧਾਰਕ ਬਖਰੇਵਿਆਂ ਤੋਂ ਉੱਪਰ ਉੱਠ ਕੇ ਇਹੋ ਜਿਹੇ ਸ਼ਖਸਾਂ ਦਾ ਸਤਿਕਾਰ ਕਰੀਏ, ਪਿਆਰ ਕਰੀਏ, ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੀ। ਸੋ ਵੀਰੋ, ਇਹ ਸੀਗੇ HS ਫੁਲਕਾ ਜੀ ਅਤੇ ਹਰਜਿੰਦਰ ਸਿੰਘ ਮਾਝੀ ਜੀ, ਤੁਸੀਂ ਇਹਨਾਂ ਦੇ ਵਿਚਾਰ ਸੁਣੇ ਨੇ, ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹਨਾਂ ਦੇ ਵਿਚਾਰ ਕਿਹੋ ਜਿਹੇ ਲੱਗੇ। ਇਹ ਜਿਹੜੀ ਲੜਾਈ ਹੈ ਅਜੇ ਅੱਗੇ ਜਾਰੀ ਰਹੇਗੀ, ਕਿਉਂਕਿ ਅਜੇ ਇੱਕ ਹੀ ਦੋਸ਼ੀ ਗ੍ਰਿਫਤਾਰ ਹੋਇਆ, ਬਾਕੀ ਦੋਸ਼ੀ ਵੀ ਜਿਹੜੇ ਨੇ ਉਹ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਣਗੇ। ਲੇਕਿਨ ਇਹ ਲੜਾਈ ਅਜੇ ਖਤਮ ਨਹੀਂ ਹੋਈ, ਅਜੇ ਇਸ ਲੜਾਈ ਦੀ ਸ਼ੁਰੂਆਤ ਹੈ, ਉਹ ਇਹ ਸਾਡੀ ਪਹਿਲੀ ਜਿੱਤ ਹੈ, ਅੱਗੇ ਹੋਰ ਜਿੱਤਾਂ ਸਿੱਖ ਪੰਥ ਦੇ ਹਿੱਸੇ ਆਉਣ ਵਾਲੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।